ਕੀ ਸੱਚਮੁੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆ ਰਹੀ ਹੈ ਕੋਈ ਖੁਸ਼ੀ? ਬਾਪੂ ਨੇ ਕੀ ਕਿਹਾ, ਕੀਤਾ ਵੱਡਾ ਖੁਲਾਸਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਦਾ ਪੂਰਾ ਸੱਚ। ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਕੋਈ ਨਵਾਂ ਬੱਚਾ ਆਉਣ ਵਾਲਾ ਹੈ, ਯਾਨੀ ਕਿ ਨਵਾਂ ਬੱਚਾ ਜਨਮ ਲੈਣ ਵਾਲਾ ਹੈ, ਅਤੇ ਸੋਸ਼ਲ ਮੀਡੀਆ ਸਵੇਰ ਤੋਂ ਹੀ ਭਰੀ ਪਈ ਹੈ। ਪੁਸ਼ਟੀ ਕੌਣ ਕਰ ਰਿਹਾ ਹੈ? ਸਿਰਫ ਜਿਹੜੇ ਚੈਨਲ ਨੇ ਉਹ ਕਰ ਰਹੇ ਨੇ। ਉਹਨਾਂ ਨੂੰ ਖਬਰ ਕਿਹਨੇ ਦੱਸੀ? ਉਸ ਦੇ ਵਿੱਚ ਨਾਮ ਆ ਰਿਹਾ ਹੈ ਸਿੱਧੂ ਦੇ ਤਾਇਆ ਜੀ ਦਾ, ਜਾਂ ਫਿਰ ਸਿੱਧੂ ਦੇ ਪਿਤਾ ਜੀ ਦਾ ਵੀ ਨਾਮ ਲਿਆ ਜਾ ਰਿਹਾ ਹੈ। ਆਪਾਂ ਇਸੇ ਚੀਜ਼ ਨੂੰ ਲੈ ਕੇ ਗੱਲ ਕਰਦੇ ਹਾਂ, ਨਾਲ ਦੱਸਦੇ ਹਾਂ ਕਿ ਬਾਪੂ ਜੀ ਦਾ ਇਸ ਦੇ ਉੱਪਰ ਕੀ ਕਹਿਣਾ ਹੈ। ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਇਸ ਪੂਰੀ ਖਬਰ ਨੂੰ ਜਾਣਨ ਤੋਂ ਬਾਅਦ ਦੁਖੀ ਨੇ। ਉਹਨਾਂ ਦਾ ਦਿਲ ਟੁੱਟਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਖਬਰ ਹੈ ਜਿਹੜੀ ਫੈਲਾਈ ਗਈ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਸਿੱਧੂ ਦੇ ਪਿਤਾ ਜੀ ਦਾ ਕੀ ਹਾਲ ਹੈ, ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦਾ ਇੱਕੋ ਇੱਕ ਸਹਾਰਾ ਉਹਨਾਂ ਕੋਲੋਂ ਚਲਿਆ ਗਿਆ, ਅਤੇ ਹਵੇਲੀ ਦਾ ਇੱਕੋ ਇੱਕ ਚਿਰਾਗ ਸੀ ਸਿੱਧੂ ਮੂਸੇਵਾਲਾ ਇਕਲੌਤਾ, ਜਿਹੜਾ ਕਿ ਉਹਨਾਂ ਦੇ ਵਿੱਚੋਂ ਚਲਿਆ ਗਿਆ। ਪਰ ਸਮੇਂ ਸਮੇਂ ਤੇ ਕਈ ਲੋਕ ਉਹਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ। ਹੁਣ ਬਿਨਾਂ ਇਹ ਸੋਚੇ ਕਿ ਅਗਰ ਸਿੱਧੂ ਪਰਿਵਾਰ ਦੀ ਆਪਾਂ ਖਬਰ ਇਸ ਤਰੀਕੇ ਨਾਲ ਚਲਾਉਂਦੇ ਹਾਂ, ਸਿੱਧੂ ਪਰਿਵਾਰ ਨੂੰ ਕੀ ਕੀ ਪਰੇਸ਼ਾਨੀਆਂ ਆ ਸਕਦੀਆਂ ਨੇ, ਬਿਨਾਂ ਇਹ ਸੋਚੇ ਖਬਰ ਹੈ ਜਿਹੜੀ ਚਲਾ ਦਿੱਤੀ। ਉਸ ਤੋਂ ਬਾਅਦ ਦੇਖੋ ਦੇਖ ਸਭ ਨੇ ਇਹ ਖਬਰ ਚਲਾਈ ਹੈ, ਸਿਰਫ ਗਿਣਵੇਂ ਚੁਣਵੇਂ ਚੈਨਲ ਹੀ ਹੋਣਗੇ ਜਿਹੜਿਆਂ ਨੇ ਇਹ ਖਬਰ ਨਾ ਪਾਈ ਹੋਵੇ। ਸਭ ਤੋਂ ਪਹਿਲਾਂ ਜਿਹੜੀ ਖਬਰ ਇਸ ਤਰ੍ਹਾਂ ਦੀ ਚੱਲੀ ਹੈ, ਕਹਿੰਦੇ ਨੇ ਕਿਉਂਕਿ ਮਾਨਸਾ ਦੇ ਕੋਈ ਲੋਕਲ ਪੱਤਰਕਾਰ ਹੈ, ਉਸ ਨੇ ਇਸ ਤਰ੍ਹਾਂ ਦੀ ਖਬਰ ਚਲਾਈ ਹੈ, ਅਤੇ ਉਸ ਤੋਂ ਬਾਅਦ ਦੇਖੋ ਦੇਖ ਸਭ ਇਸ ਤਰ੍ਹਾਂ ਦੀ ਖਬਰ ਚਲਾਉਣ ਲੱਗੇ, ਅਤੇ ਲੋਕਲ ਜਿਹੜਾ ਪੱਤਰਕਾਰ ਹੈ ਉਸ ਦੇ ਕੋਲ ਸੋਰਸ ਕੀ ਨੇ? ਸਿੱਧੂ ਦੇ ਤਾਇਆ ਜੀ ਦਾ ਨਾਮ ਲਿਆ ਗਿਆ ਹੈ ਕਿ ਸਿੱਧੂ ਦੇ ਤਾਇਆ ਜੀ ਨੇ ਇਸ ਤਰ੍ਹਾਂ ਦੀ ਪੁਸ਼ਟੀ ਕਰੀ ਹੈ। ਪਰ ਅਗਰ ਸਿੱਧੂ ਦੇ ਤਾਇਆ ਜੀ ਨੇ ਕੋਈ ਪੁਸ਼ਟੀ ਕਰਨੀ ਹੁੰਦੀ ਤਾਂ ਸਾਹਮਣੇ ਆ ਕੇ ਵੀ ਕਰ ਸਕਦੇ ਸੀ, ਨਾਲੇ ਸਿੱਧੂ ਦੇ ਤਾਇਆ ਕਿਉਂ ਕਰਨਗੇ ਪੁਸ਼ਟੀ? ਇਹ ਤਾਂ ਸਿੱਧੂ ਦਾ ਜਿਹੜਾ ਫਾਦਰ ਸਾਹਿਬ ਨੇ ਜਾਂ ਸਿੱਧੂ ਦੇ ਮਾਦਰ ਨੇ ਉਹ ਕਰਨਗੇ ਇਸ ਤਰ੍ਹਾਂ ਦੀ ਕੋਈ ਅਗਰ ਪੁਸ਼ਟੀ, ਅਗਰ ਕੋਈ ਉਹ ਖਬਰ ਇਸ ਤਰ੍ਹਾਂ ਦੀ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਨੇ, ਤਾਂ ਦੋਸਤੋ ਕਾਫੀ ਗਲਤ ਗੱਲ ਹੈ ਕਿ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰਨਾ, ਕਿਉਂਕਿ ਉਹ ਪਹਿਲਾਂ ਹੀ ਬਹੁਤ ਕੁਝ ਝੱਲ ਚੁੱਕੇ ਨੇ। ਅਤੇ ਤੁਸੀਂ ਨੇ ਦੇਖਿਆ ਜਦੋਂ ਸਿੱਧੂ ਮੂਸੇਵਾਲਾ ਵੀ ਜਾਂਦਾ ਸੀ, ਕਾਫੀ ਸਾਰੇ ਪੱਤਰਕਾਰ ਸਿੱਧੂ ਨੂੰ ਪਰੇਸ਼ਾਨ ਕਰਦੇ ਰਹਿੰਦੇ ਸੀ, ਅਤੇ ਸਿੱਧੂ ਦੀ ਮਾੜੀ ਜਿਹੀ ਖਬਰ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਸੀ। ਉਸ ਤੋਂ ਬਾਅਦ ਸਿੱਧੂ ਨੂੰ ਕਈ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਜਦੋਂ ਸਿੱਧੂ ਮੂਸੇਵਾਲਾ ਜਾਂਦਾ ਹੈ ਤਾਂ ਤੁਸੀਂ ਨੇ ਦੇਖਿਆ ਕਿ ਲੋਕ ਝੱਟ ਬਦਲ ਗਏ ਅਤੇ ਸਿੱਧੂ ਦੀਆਂ ਤਾਰੀਫਾਂ ਕਰਨ ਲੱਗੇ, ਪਰ ਜਾਂਦੇ ਜੀ ਉਸ ਨੂੰ ਪਰੇਸ਼ਾਨ ਹੀ ਕੀਤਾ ਹੈ, ਖੜੇ ਉਸ ਦੇ ਨਾਲ ਸਿਰਫ ਗਿਣਵੇਂ ਚੁਣਵੇਂ ਲੋਕ ਹੀ ਸੀ। ਨਾਲੇ ਦੋਸਤੋ, ਇਸ ਤਰ੍ਹਾਂ ਦੀਆਂ ਖਬਰਾਂ ਕਰਕੇ ਹੀ ਸਿੱਧੂ ਮੂਸੇਵਾਲਾ ਸਾਡੇ ਵਿੱਚੋਂ ਚਲਿਆ ਗਿਆ, ਕਿਉਂਕਿ ਉਸ ਸਮੇਂ ਵੀ ਇੱਕ ਖਬਰ ਚੱਲੀ ਸੀ ਕਿ ਸਿੱਧੂ ਦੇ ਕੋਲੋਂ ਜਿਹੜੀ ਸਿਕਿਉਰਿਟੀ ਹੈ ਹਟਾ ਲਈ। ਉਸ ਚੀਜ਼ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਸਿੱਧੂ ਪਰਿਵਾਰ ਦੀਆਂ ਜਿਹੜੀਆਂ ਐਸੀਆਂ ਗੱਲਾਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵਾਇਰਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਵੀ ਕੋਈ ਗੱਲਬਾਤ ਹੋਵੇਗੀ ਪਰਿਵਾਰ ਸਾਹਮਣੇ ਆਵੇਗਾ, ਪਰਿਵਾਰ ਆਪ ਦੱਸੇਗਾ। ਅਗਰ ਪਰਿਵਾਰ ਹਾਲੇ ਨਹੀਂ ਦੱਸ ਰਿਹਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਪਰਿਵਾਰ ਹੋ ਸਕਦਾ ਕੋਈ ਪਰਦਾ ਰੱਖ ਰਿਹਾ ਹੋਵੇ, ਅਗਰ ਕੋਈ ਐਸੀ ਗੱਲ ਹੋਵੇ ਵੀ। ਵੈਸੇ ਤਾਂ ਆਪਾਂ ਨੂੰ ਉਹਨਾਂ ਚਿਰ ਯਕੀਨ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਪਰਿਵਾਰ ਸਾਹਮਣੇ ਆ ਕੇ ਕੋਈ ਗੱਲਬਾਤ ਨਹੀਂ ਆਖਦਾ। ਵੈਸੇ ਦੋਸਤੋ, ਅੰਦਰਲੀ ਖਬਰ ਇਹੀ ਹੈ ਕਿ ਸਿੱਧੂ ਦੇ ਜਿਹੜੇ ਬਾਪੂ ਜੀ ਨੇ ਇਸ ਖਬਰ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ, ਜਿਸ ਤਰੀਕੇ ਦੇ ਨਾਲ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਦੱਸਿਆ ਗਿਆ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਬੁਰਾ ਲੱਗਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ। ਤਾਂ ਦੋਸਤੋ, ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਕਿ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਕੀ ਚੱਲਣੀਆਂ ਚਾਹੀਦੀਆਂ ਨੇ, ਜਾਂ ਫਿਰ ਕਈ ਪਰਿਵਾਰਾਂ ਦੀਆਂ ਕੋਈ ਨਿੱਜੀ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ। ਕਮੈਂਟਾਂ ਵਿੱਚ ਆਪਣੀ ਜਾਣਕਾਰੀ ਜ਼ਰੂਰ ਦੇ ਕੇ ਜਾਇਓ, ਵੀਡੀਓ ਨੂੰ ਕਰ ਦਿਓ ਸ਼ੇਅਰ। ਧੰਨਵਾਦ।